ਗੁਰਦਾਸਪੁਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਮਦਦ ਦੇ ਨਾਲ ਸਾਂਝੀ ਰਸੋਈ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪਹੁੰਚੇ। ਉਹਨਾਂ ਦਾ ਕਹਿਣਾ ਸੀ ਕਿ ਇਸ ਸਾਂਝੀ ਰਸੋਈ ਵਿੱਚ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਪੇਟ ਭਰ ਕੇ ਭੋਜਨ ਮਿਲੇਗਾ। ਇਸ ਮੌਕੇ ਉਹਨਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਸਾਂਝੀ ਰਸੋਈ ਨੂੰ ਚਲਾਉਣ ਵਿੱਚ ਆਪਣਾ ਸਹਿਯੋਗ ਦੇਣ। ਮੇਨ ਤੱਕ ਜਿਹੜਾ ਸਾਡਾ ਮੈਨੀਫੈਸਟੋ ਸੀ ਵੀ ਗਰੀਬ ਨੂੰ 10 ਰੁਪਏ ਥਾਲੀ ਮਿਲੇ, ਉਹ ਸ਼ੁਰੂਆਤ ਕੀਤੀ ਆ। ਇਹ ਡੀਸੀ ਸਾਹਿਬ ਦਾ ਬੜਾ ਵਧੀਆ ਉਪਰਾਲਾ, ਲੋਕਾਂ ਦੀ ਮਦਦ ਨਾਲ, ਜਿਹੜੇ ਚੰਗੇ ਲੋਕਾਂ ਦੇ ਦਾਨ ਨਾਲ ਇਹ ਕੰਮ ਸ਼ੁਰੂ ਹੋਇਆ ਵਾ ਅਤੇ ਦਿਨ ਬ ਦਿਨ ਇਹ 'ਚ ਇੰਪਰੂਵਮੈਂਟ ਲਿਆਵਾਂਗੇ। ਜਿਹੜੀਆਂ ਗਾਇਬ ਗਾਇਬ ਵਿਜਿਟ ਕਰਦੇ ਰਹਾਂਗੇ ਅਤੇ ਲੋਕਾਂ ਤੋਂ ਪੁੱਛਾਂਗੇ, ਜਿਹੜੀ ਗੱਲ ਚੰਗੀ ਹੋਰ ਦੱਸਾਂਗੇ ਉਹ ਵੀ ਕਰਾਂਗੇ। ਇਹ ਤੁਹਾਡੇ ਚੰਗਿਆਂ ਲੋਕਾਂ ਸਾਰਿਆਂ ਦੀ ਮਦਦ ਨਾਲ ਚੱਲਦੀ ਰਹੇਗੀ, ਕਿਸੇ ਇਕੱਲੇ ਦਾ ਨਹੀਂ ਹੈ।